ਪੰਜਾਬ ਦੇ ਟੋਲ ਪਲਾਜ਼ਾ ਦਾ ਮੁੱਦਾ ਹੁਣ ਹਾਈ ਕੋਰਟ ਪਹੁੰਚ ਚੁੱਕਿਆ ਹੈ ਅੱਜ ਸੁਣਵਾਈ ਹੋਈ ਹੈ ਕਈ ਪੁਆਇੰਟ ਟੂ ਪੁਆਇੰਟ ਇਹਦੇ ਵਿੱਚ ਡਿਸਕਸ ਕੀਤਾ ਗਿਆ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਉਂਕਿ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਜਿਹੜੇ ਮੁੱਦਾ ਹੈਗਾ ਟੋਲ ਪਲਾਜ਼ਾ ਦਾ ਉਹ ਚੱਲ ਰਿਹਾ ਸੀਗਾ ਤੇ ਅੱਜ ਸੁਣਵਾਈ ਹੋਈ ਹੈ ਕਿੰਨ ਕਿੰਨ ਮੁੱਦਿਆਂ ਤੇ ਜਿਹੜੀ ਹੈਗੀ ਗੱਲਬਾਤ ਇਸ ਮੁਕਦਮੇ ਦੇ ਪਿੱਛੇ ਥੋੜੀ ਜੀ ਬੈਕਗ੍ਰਾਉਂਡ ਹੈ 2023 ਚ ਪਹਿਲਾਂ ਵੀ ਫਾਰਮਰ ਰੈਜਿਟ੍ਰੇਸ਼ਨ ਦੇ ਨਾਮ ਤੇ ਕੁਝ ਟੋਲ ਪਲਾਜ਼ਾ NHAI ਦੇ ਬੰਦ ਕੀਤੇ ਗਏ ਸੀ ਔਰ ਉਹਦੇ ਚ ਇੱਕ ਟੋਲ ਪਲਾ ਅਸੀਂ ਕੰਪੈਲ ਹੋ ਕੇ ਹਾਈ ਕੋਰਟ ਚ ਆਏ ਜਦਕਿ ਐਨਐਚਆਈ ਇਸ ਅ ਸੈਂਟਰਲ ਗਵਰਨਮੈਂਟ ਦੀ ਇੱਕ ਏਜੰਸੀ ਹੈ ਕਿ ਇਹ ਸਾਡਾ ਕੋਈ ਮਤਲਬ ਨਹੀਂ ਸੀ ਜੈ ਐਸੇ ਲਾਸਟ ਰਿਸੋਰਟ ਅਸੀਂ ਆਏ ਉਹਦੇ ਵਿੱਚ ਡੀਜੀਪੀ ਦੇ ਆਫੀਡੇਵਿਟ ਆਇਆ ਪੰਜਾਬ ਚ ਕਿ ਹਾਂ ਇਹ ਸਾਡੀ ਰਿਸਪੌਂਸਿਬਿਲਟੀ ਹੈ ਔਰ ਅਸੀਂ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਔਨ ਐਫੀਡੇਵਿਟ ਕਿ ਅਸੀਂ ਸਾਰੇ ਟੋਲ ਪਲਾਜ਼ਾ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਔਰ ਇਹ ਜਾ ਕੋਈ ਇਨਸੀਡੈਂਟ ਨਹੀਂ ਹੋਏਗਾ ਉਹ ਰਿਡ ਡਿਸਪੋਜ਼ ਆਫ ਹੋ ਗਈ ਸੀ ਪਹਿਲਾਂ ਕੁਝ ਮਹੀਨੇ ਪਹਿਲਾਂ ਵੀ ਇਹ ਇਨਸੀਡੈਂਟ ਹੋਇਆ ਤਾਂ ਅਸੀਂ ਐਪਲੀਕੇਸ਼ਨ ਦੱਲ ਲਈ ਕਿ ਇਸ ਰਿਟਰਨ ਰਿਵਾਈਵ ਕੀਤਾ ਜਾਏ ਇਹਨਾਂ ਨੇ ਅੰਡਰਟੇਕਿੰਗ ਦਿੱਤੀ ਸੀ ਉਹ ਚੀਜ਼ਾਂ ਨਹੀਂ ਹੋ ਰਹੀਆਂ ਅਨਫੋਰਚੂਨੇਟਲੀ ਜੂਨ ਦੇ ਮਹੀਨੇ ਚ ਪਰਟੀਕੂਲਰਲੀ ਚਾਰ ਪਲੇਸਿਸ ਤੋਂ ਜਿਸ ਤੋਂ ਇੱਕ ਮੀਡੀਆ ਚ ਬਹੁਤ ਜ਼ਿਆਦਾ ਨਾਮ ਆ ਰਿਹਾ ਲੱਡੋਵਾਲ ਦਾ ਉਹ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਅਸੀਂ ਫੇਰ ਹਾਈ ਕੋਰਟ ਚ ਮੈਂਸ਼ਨ ਕੀਤਾ ਸੀ ਛੁੱਟੀਆਂ ਦੇ ਵਿੱਚ ਛੁੱਟੀਆਂ ਚ ਦੀ ਜਿਸ ਜੱਜ ਕੋ ਲੱਗਿਆ ਸੀ ਉਹ ਕੰਸਰਨ ਜੱਜ ਸੀਗੇ ਨਹੀਂ ਤੇ ਉਹ ਅੱਜ ਕਾਰਵਾਈ ਵਾਸਤੇ ਅੱਜ ਲਗاتی ਸੀ ਸੁਣਵਾਈ ਵਾਸਤੇ ਇਨ ਦਾ ਮੀਨ ਵਾਈਜ਼ 30 ਜੂਨ ਨੂੰ ਉਹ ਬੰਦ ਵੀ ਕੀਤਾ ਗਿਆ ਅਸੀਂ ਕੋਰਟ ਦੇ ਸਾਹਮਣੇ ਦੋ ਤਿੰਨ ਦਲੀਲਾਂ ਰੱਖੀਆਂ ਕਿ ਇੱਕ ਤਾਂ ਇਹ ਜਿਹੜਾ ਸਟੇਟ ਦੇ ਨਾਲ ਇੱਕ ਐਗਰੀਮੈਂਟ ਹੁੰਦਾ ਹੈ ਐਨ ਐਚ ਆਈ ਦਾ ਔਰ ਹਰੇਕ ਸਟੇਟ ਨਾਲੇ ਪੰਜਾਬ ਦੇ ਨਾਲ ਨਹੀਂ ਜਿਹੜਾ ਸਿਕਿਉਰਟੀ ਦਾ ਇਸ਼ੂ ਵੈਸੇ ਵੀ ਇਹਨਾਂ ਦਾ ਹੈ ਐਗਰੀਮੈਂਟ ਦੇ ਅੰਦਰ ਵੀ ਕੋਈ ਵੀ ਕੋਈ ਟ੍ਰੈਸਪਾਸ ਕਰ ਜਾਂਦਾ ਹੈ ਕੁਝ ਕਰ ਜਾਂਦਾ ਹੈ ਸਟੇਟ ਦੀ ਵੱਲੋਂ ਸਾਡੇ ਕੋਲ ਗਾਰੰਟੀ ਹੈ ਅਸ਼ੋਰੈਂਸ ਹੈ ਕਿ ਉਹ ਇਸ ਨੂੰ ਟੇਕ ਕੇਅਰ ਕਰਨਗੇ ਸੈਕੰਡਲੀ ਕੰਪਨਸੇਸ਼ਨ ਦਾ ਵੀ ਹੈਗਾ ਤੇ ਸਾਡਾ ਅਜ ਤੱਕ ਜਿਹੜਾ ਨੁਕਸਾਨ ਹੋਇਆ ਇਸ ক্লোਜ਼ਰ ਤੋਂ ਆ ਸਿਰਫ ਚਾਰ ਜਿਹੜੇ ਅਸੀਂ ਹੁਣ ਹਾਈਲਾਈਟ ਕੀਤੇ ਆ ਉਹ 113 ਕਰੋੜ ਦੇ ਕਰੀਬ ਸਾਡਾ ਨੁਕਸਾਨ ਹੋ ਚੁੱਕਿਆ ਔਰ 1 ਕਰੋੜ ਰੁਪਏ ਦੇ ਉੱਪਰ ਪਰ ਡੇ ਦਾ ਨੁਕਸਾਨ ਹੈ ਔਰ ਇਹ ਪਬਲਿਕ ਫੰਡਸ ਹੈ ਕਿ ਇਹਦੇ ਵਿੱਚ ਕੋਈ ਕਿਸੇ ਦਾ ਕੋਈ ਪਰਸਨਲ ਨੁਕਸਾਨ ਨਹੀਂ ਹੈ ਲੋਕਾਂ ਦੀ ਪਬਲਿਕ ਮਨੀ ਦਾ ਇਨਵੋਲਵਮੈਂਟ ਹੈ ਔਰ ਇਹ ਪੰਜਾਬ ਸਰਕਾਰ ਇਹਨੂੰ ਸੀਰੀਅਸਲੀ ਨਹੀਂ ਲੈਂਦੀ ਅਸੀਂ ਰਿਪਰੈਜੈਂਟੇਸ਼ਨ ਦਿੱਤੀ ਅਸੀਂ 25 ਜੂਨ ਨੂੰ ਐਪਲੀਕੇਸ਼ਨ ਫਾਈਲ ਕਰਨ ਤੋਂ ਬਾਅਦ ਵੀ ਦਿੱਤੀ ਔਰ ਅਸੀਂ ਕਿਹਾ ਕਿ ਅਨਫੋਰਚਨਟਲੀ ਸਾਨੂੰ ਉਸ ਤੋਂ ਰਿਸਪਾਂਸ ਕੋਈ ਨਹੀਂ ਆਇਆ ਔਰ ਇੱਕ ਇਨਸੀਡੈਂਟ ਅਸੀਂ ਵਰਬਲੀ ਕੋਰਟ ਨੂੰ ਦੱਸਿਆ ਕਿ ਰਾਦਰ 29 ਜੂਨ ਨੂੰ ਇੱਕ ਮਨਿਸਟਰ ਨੇ ਵੀ ਉੱਥੇ ਜਾ ਕੇ ਤਰਨੇ ਚ ਜੁਆਇਨ ਕੀਤਾ ਤੇ ਇਸ ਹਾਲਾਤ ਚ ਅਸੀਂ ਕੰਪੈਲ ਹੋ ਗਏ ਆ ਕਿ ਹਾਈ ਕੋਰਟ ਆ ਕੇ ਕਿ ਇਹਨੂੰ ਅਰਜੈਂਸੀ ਤੇ ਟੇਕ ਅਪ ਕੀਤਾ ਜਾਏ ਇਹ ਮਾਮਲਾ ਔਰ ਇਹਨੂੰ ਰਿਜ਼ੋਲਵ ਕੀਤਾ ਜਾਏ ਔਰ ਤੀਸਰਾ ਸੀ ਕੇ ਵੀ ਗੱਲ ਦੱਸੀ ਕੋਰਟ ਨੂੰ ਕਲੀਅਰਿਫਾਈ ਕੀਤਾ ਕਿ ਅਸੀਂ ਕੋਈ ਟਰੈਕਟਰ ਟਰਾਲੀ ਜਾਂ ਟੂ ਵਿਲਰਸ ਵਗਾਰਾ ਤੇ ਕੋਈ ਅਸੀਂ ਸਾਡਾ ਟੋਲ ਨਹੀਂ ਹੈਗਾ ਔਰ ਅਰਾਊਂਡ ਦੀ ਜਿਹੜਾ 10 15 20 ਕਿਲੋਮੀਟਰ ਤੱਕ ਤੇ ਚ ਅਸੀਂ ਫ੍ਰੀ ਪਾਸੇਸ ਵੀ ਦਿੰਦੇ ਆ ਤੇ ਇਹ ਮੁੱਦਾ ਕੋਈ ਫਾਰਮਰ ਦੇ ਤਾਂ ਸਟੇਟ ਏਜੰਸੀਜ਼ ਨੂੰ ਫਾਰਮਰਸ ਨੂੰ ਜਾਂ ਪ੍ਰੋਟੈਸਟਰਸ ਨੂੰ ਸਮਝਾਉਣਾ ਪਏਗਾ ਕਿ ਇਹ ਜਿਹੜਾ ਇੱਕ ਜਗ੍ਹਾ ਕੋਈ ਹਾਈਕ ਦੀ ਵੀ ਗੱਲ ਕਰ ਰਹੇ ਆ ਪ੍ਰਾਈਸ ਦੀ ਲੱਡੋਵਾਲ ਦੇ ਵਿੱਚ ਉਹ ਸਾਡੇ ਹੱਥ 'ਚ ਨਹੀਂ ਹੈ ਉਹ ਰੂਲਸ ਬਨੇ ਹੋਏ ਆ ਉਹ ਰੂਲ ਸੈਂਟਰ ਦੇ ਪਬਲਿਸ਼ਡ ਰੂਲਸ ਹੈਗੇ ਆ ਜਿਸ ਦੇ ਬੇਸਿਸ ਤੇ ਆਲ ਇੰਡੀਆ ਬੇਸਿਸ ਤੇ ਸੇਮ ਉਸੇ ਤਰ੍ਹਾਂ ਕ੍ਰਾਈਟੇਰੀਆ ਦੇ ਕੇ ਅਸੀਂ ਰੇਟਸ ਫਿਕਸ ਕਰਦੇ ਆ ਮੇ ਤਾਂ ਸਰ ਕਿਉਂਕਿ ਜਿਹੜਾ ਵੀ ਹਜਿਟੇਸ਼ਨ ਹੋ ਰਿਹਾ ਉੱਥੇ ਫਾਰਮਰ ਪ੍ਰੋਟੈਸਟ ਕਰ ਰਹੇ ਹਾਈਕ ਨੂੰ ਲੈ ਕੇ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਪ੍ਰਾਈਸ ਜਿਹੜੇ ਹੈਗੇ ਜਿਹੜੇ ਲੋਕ ਨੇ ਨੇੜੇ ਤੇੜੇ ਦੇ ਆ ਫਿਰ ਹੋਰ ਵੀ ਜਿਹੜੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਪੇ ਕਰਨਾ ਪਿਆ ਰੇ ਮੇਨ ਜਿਹੜੀ ਹੈਗੀ ਗੱਲ ਉਹ ਸਿਰਫ ਇੱਕ ਜਗ੍ਹਾ ਤੇ ਤੇ ਫਿਰ ਬਾਕੀ ਚਾਰ ਤੇ ਕਿਉਂ ਮੁੱਦਾ ਹੈਗਾ ਇਸ ਦੇ ਤੇ ਸਾਨੂੰ ਕੁਐਸਚਨ ਦੇਖਣਾ ਪਏਗਾ ਕਿ NHAI ਦੇ ਟੋਲ ਪਲਾਜ਼ਾ ਤੇ ਹਮੇਸ਼ਾ ਹੀ ਇਸ ਤਰ੍ਹਾਂ ਐਕਸ਼ਨ ਕਿਉਂ ਹੋ ਰਿਹਾ ਅੱਜ ਤੱਕ ਇੱਕ ਟੋਲ ਪਲਾਜ਼ਾ ਦੀ ਹਾਈਕ ਤੇ ਪਰ ਚਾਰ ਟੋਲ ਪਲਾਜ਼ਾ ਬੰਦ ਹੈ ਅਗਰ ਕੋਈ ਹਾਈਕ ਦੀ ਗੱਲ ਸਰਕਾਰ ਨੂੰ ਸਾਡੇ ਨਾਲ ਕੋਆਰਡੀਨੇਸ਼ਨ ਕਰਕੇ ਇਟ ਇਜ਼ ਦੀ ਡਿਊਟੀ ਆਫ ਦੀ ਸਟੇਟ ਗਵਰਨਮੈਂਟ ਕਿ ਉਹ ਸਿਟੀਜ਼ਨਸ ਨੂੰ ਕਨਵਿੰਸ ਕਰੇ ਪਰ ਅਗਰ ਸਟੇਟ ਹੀ ਕੋਈ ਐਕਸ਼ਨ ਨਾ ਲੈਣਾ ਚਾਵੇ ਤਾਂ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਅਸੀਂ ਕੰਪੈਲ ਹੋ ਕੇ ਹਾਈ ਕੋਰਟ ਆਏ ਆ ਇਹ ਸਟੇਟ ਦੀ ਡਿਊਟੀ ਹੈਗੀ ਹੈ ਤੇ ਹੁਣ ਸਰ ਕੀ ਨੈਕਸਟ ਜਿਹੜੀ ਹੈ 10 ਜੁਲਾਈ ਕੋਰਟ ਨੇ ਰੱਖੀ ਹੈ ਔਰ ਕੋਰਟ ਨੇ ਸਟੇਟ ਕਾਉਂਸਲ ਨੂੰ ਕਿਹਾ ਕਿ ਕਿਉਂਕਿ ਇਹ ਮਾਮਲਾ ਥੋੜਾ ਸੀਰੀਅਸ ਹੈ ਤੇ ਹੀ ਹੈਜ਼ ਬੈਂਚਸ ਆਸਕ ਦੀ ਸਟੇਟ ਗਵਰਨਮੈਂਟ ਕਿ ਐਡਵੋਕੇਟ ਚੰਨਰ ਸ਼ੁੱਡ ਅਪੀਅਰ ਇਨ ਥਿਸ ਕੇਸ